ਭੋਲਾ ਜੀ, ਆ ਜਿਹੜੀ ਸਟੂਡੈਂਟ ਵਾਲੀ ਕੋਈ ਨਵੀਂ ਖਬਰ ਆਈ ਏ, ਬਈ ਇਹਨਾਂ ਦੀਆਂ ਤਨਜ਼ੀਮਾਂ ਬਣਨ ਲੱਗੀਆਂ ਨੇ, ਇਹਦੇ ਬਾਰੇ 'ਚ ਤੁਹਾਡੀ ਕੀ ਰਾਏ ਨੇ? ਭਾਈ ਜੀ, ਨੂੰ ਸਾਡੇ ਸਟੂਡੈਂਟਾਂ ਦੇ ਮਗਰ ਪੈ ਗਏ ਹੋ। ਮਸਾਂ ਅਸੀਂ ਪੜ੍ਹਾਈ ਸ਼ੁਰੂ ਕੀਤੀ, ਸਾਰੀ ਜ਼ਿੰਦਗੀ ਜਾਹਰ ਰਹੇ ਹਾਂ, ਜੇ ਥੋੜ੍ਹੀ ਜਿਹੀ ਅਸੀਂ ਟਾਈਮ ਲਾ ਕੇ ਆਪਣੀ ਤਾਲੀਮ ਵੱਲ ਧਿਆਨ ਦੇ ਦਈਏ, ਅਤੇ ਗੌਰਮੈਂਟ ਨੇ ਸਾਨੂੰ ਇੱਕ ਨਵਾਂ ਲੱਫਾ ਪਾ ਰਿਹਾ ਕਿ ਸਾਡੀ ਵੀ ਤਨਜ਼ਿਮ, ਖੁਦਾ ਦਾ ਵਾਸਤਾ ਜੇ ਆਪਣੇ ਪੰਗੇ ਗੌਰਮੈਂਟ ਦੀ ਦੂਰ ਤੱਕ ਸਾਨੂੰ ਪੜ੍ਹਨ ਦਿਓ। ਸਾਡੀ ਬੜੇ ਔਖੇ ਹੋ ਕੇ ਅਸੀਂ ਕਮਾਏ, ਸਾਡੇ ਮਾਂ ਪਿਓ ਨੇ ਬੜੇ ਔਖੇ ਹੋ ਕੇ ਕਮਾਇਆ, ਸਾਡੇ ਮਾਂ ਪਿਓ ਨੇ ਸਾਡੇ ਮਾਂ ਪਿਓ ਨੇ ਜਿੱਦਾਂ ਵੇਚੀਆਂ ਹਨ ਅਤੇ ਅਸੀਂ ਸਕੂਲੇ ਦਾਖਲ ਹੋਏ ਸਾਂ। ਵੇਖੋ ਭੈਣ, ਜੋ ਐਪਲ ਲੈਪਟਾਪ ਲੈਂਦਾ ਮੈਂ, ਨਾ ਅਸੀਂ ਤੂੰ ਦੇ ਜਿੱਦਾਂ ਭਾਵ ਵੇਚ ਕੇ ਲੈਪਟਾਪ ਲਿਆ ਵੇ ਐਪਲ ਦਾ, ਅਤੇ ਖੁਦਾ ਦਾ ਵਾਸਤਾ ਗੌਰਮੈਂਟ ਨੂੰ ਚਾਹੀਦਾ ਸਾਨੂੰ ਸਟੂਡੈਂਟਾਂ ਨੂੰ ਪੜ੍ਹਨ ਦਿਓ। ਅਸੀਂ ਮਾਸੂਮ ਬੱਚੇ ਹਾਂ, ਮਾਸੂਮ ਜਾਨਾਂ ਵਾਂ, ਅਸੀਂ ਨਹੀਂ ਚਾਹੁੰਦੇ ਰੱਫੜੇ ਪੰਗਿਆਂ ਦੇ ਵਿੱਚ। ਸਾਡੇ ਜਿਹੜੀ ਯੂਨੀਅਨ ਕੌਂਸਲਾਂ ਤੁਸੀਂ ਬਣਾ ਦਿਓ, ਯੂਨੀਅਨ ਕੌਂਸਲਾਂ ਸਾਨੂੰ ਨਹੀਂ ਚਾਹੀਦੀਆਂ। ਗੌਰਮੈਂਟ ਆਪਣੇ ਪੰਗੇ ਆਪ ਲਵੇ, ਅਸੀਂ ਤਾਲੀਮ ਹਾਸਲ ਕਰਨਾ, ਅਸੀਂ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਨਾ ਚਾਹੁੰਦੇ, ਪੋਲਾ ਰਿਕਾਰਡ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਨਾ ਚਾਹੁੰਦਾ। ਆਹ ਵੇਖੋ, ਪਾਪਾ ਨੂੰ ਮੈਂ ਨਾ ਸੀ ਧੂੰ ਦੇ ਕੇ ਲੈਪਟਾਪ ਲੈ ਲਿਆ, ਪਾਪਾ ਨੇ ਮੋਟਰਸਾਈਕਲ ਵੇਚ ਕੇ ਮੈਨੂੰ ਲੈਪਟਾਪ ਲਾ ਦਿੱਤਾ। ਤੁਸੀਂ ਵੀ ਆਪਣੇ ਬੱਚਿਆਂ ਨਾਲ ਪਿਆਰ ਕਰੋ, ਬੱਚਿਆਂ ਦੇ ਸਾਰੇ ਸ਼ੌਕ ਪੂਰਾ ਕਰਿਆ ਕਰੋ, ਅਤੇ ਬੱਚਿਆਂ ਦਾ ਧਿਆਨ ਵੀ ਰੱਖਿਆ ਕਰੋ। ਤੁਹਾਡੇ ਬੱਚੇ ਯੂਨੀਵਰਸਿਟੀਆਂ ਜਾ ਕੇ ਜੁਮਲ ਉਪੋ ਕਰਦੇ ਨੇ, ਅਤੇ ਜ਼ਰਾ ਧਿਆਨ ਨਾਲ ਦੇਣਾ, ਠੀਕ ਹੈ? ਮੈਂ ਖਾਸ ਕਰ ਮਾਂ ਪਿਓ ਨੂੰ ਸਮਝਾਉਣ ਲੱਗ ਪਿਆ, ਬੱਚੇ ਯੂਨੀਵਰਸਿਟੀਆਂ ਜਾਂਦੇ ਨੇ, ਇਹ ਗੁਜਰਾਤ ਯੂਨੀਵਰਸਿਟੀ ਸੜਕ ਉੱਤੇ ਇਹ ਦਰਿਆ ਕਿਨਾਰੇ 'ਤੇ ਲਾਹੌਰ ਗੁਜਰਾਤ ਯੂਨੀਵਰਸਿਟੀ ਬਣੀ ਹੈ, ਉੱਥੇ ਜਾ ਕੇ ਮਾਹੌਲ ਚੈੱਕ ਕਰਿਆ ਕਰੋ। ਐਡਵਰਟਾਈਜ ਮਾਹੌਲ ਹੋ ਗਿਆ, ਐਡਵਾਂਸ ਮਾਹੌਲ ਹੋ ਗਿਆ, 20 ਦੇ ਪਕੌੜੇ ਲੈਂਦੇ ਨੇ, ਥੋੜ੍ਹੀ ਜਿਹੀ ਪੈਚਅਪ ਲੈ ਲੈਂਦੇ ਨਾਲ, ਠੀਕ ਹੈ? ਪਾ ਪਕੌੜੇ ਲੈ ਕੇ ਪੈਚਅਪ ਲੈ ਕੇ ਡੋ ਬਡੋ ਕੇ ਕੁੜੀ ਮੁੰਡਾ ਖਾਂਦੇ ਨੇ, ਅਤੇ ਬੰਦੇ ਦਾ ਪੁੱਤਰ ਬਣ ਕੇ ਪੈਚਅਪ ਘੱਟ ਸਮਾਜ ਪੈਚਅਪ ਪੈਚਅਪ